ਹੈਸ਼ਟੈਗ ਪੁੱਤਰ ਯੱਦੀ ਦਾ। ਹੈਲੋ ਲੇਡੀਜ਼ ਐਂਡ ਜੈਂਟਲਮੈਨ, ਉਮੀਦ ਹੈ ਕਿ ਆਪ ਸਭ ਠੀਕ ਹੋਗੇ। ਵੀਡੀਓ ਸ਼ੁਰੂ ਕਰਨ ਸੇ ਪਹਿਲੇ ਆਪਕੋ ਪਹਿਲੇ ਸੇ ਬਤਾ ਦੂੰ, ਅਗਰ ਆਪਕੀ ਉਮਰ 18 ਸਾਲ ਸੇ ਕਮ ਹੈ ਤੋ ਇਸ ਵੀਡੀਓ ਕੋ ਸਕਿਪ ਕਰ ਦੇ। ਆਪਨੇ ਦੁਨੀਆ ਮੇ ਬਹੁਤ ਬੜੇ ਬੜੇ ਬਗੈਰਤ ਦੇਖੇ ਹੋਗੇ, ਲੇਕਿਨ ਇਸ ਬੰਦੇ ਜੈਸਾ ਚੱਪਰ ਕਨਾਤੀ ਆਜ ਸੇ ਪਹਿਲੇ ਆਪਨੇ ਨਹੀਂ ਦੇਖਾ ਹੋਗਾ। ਸ਼ੌਕ ਹੈ ਬਚਪਨ ਸੇ, ਮੇਰਾ ਬਾਪ ਬਦਮਾਸ਼, ਐਟਲੀਸਟ ਮੈਨੇ ਤੋ ਨਹੀਂ ਦੇਖਾ। ਇਸਨੇ ਆਪਣੀ ਮਾਂ ਕੀ ਵੀਡੀਓ ਬਣਾਈ, ਇਸਨੇ ਆਪਣੀ ਭੈਣ ਕੀ ਵੀਡੀਓ ਬਣਾਈ, ਇਸਨੇ ਆਪਣੇ ਦੋਸਤੋਂ ਕੀ ਵੀਡੀਓ ਬਣਾਈ, ਇਸਨੇ ਪੂਰੇ ਟੱਬਰ ਕੀ ਵੀਡੀਓ ਬਣਾ ਦੀ, ਔਰ ਇਸਨੇ ਆਪਣੀ ਪੂਰੀ ਫੈਮਿਲੀ ਕੋ ਮਜ਼ਾਕ ਬਣਾ ਦਿਆ। ਜਬ ਇਸਕਾ ਦਿਲ ਨਹੀਂ ਭਰਾ ਤੋ ਇਸਨੇ ਬੇਗੈਰਤ ਨੇ ਨਮਾਜ਼ ਕੋ ਵੀ ਮਜ਼ਾਕ ਬਣਾ ਦਿਆ। ਬੇਟਾ ਕਿਆ ਕੰਮ ਕਰ ਰਿਹਾ, ਔਰ ਸਾਹਮਣੇ ਕੈਮਰਾ ਲਗਾ ਹੋਇਆ। ਮਾਵਾਂ ਠੰਡੀਆਂ ਛਾਵਾਂ, ਮਾਵਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ, ਲੇਕਿਨ ਮਾਂ ਜੀ ਤੁਸੀਂ ਆਪਣੇ ਪੁੱਤਰ ਦੀ ਕਿਵੇਂ ਪਰਵਰਿਸ਼ ਕੀਤੀ ਹੈ? ਇਹਦੇ ਉੱਤੇ ਤਾਂ ਫਿਲਮ ਬਣਨੀ ਚਾਹੀਦੀ ਹੈ, ਭਲਾ ਕਿਹੜੀ ਪੁੱਤਰ ਯੱਦੀ ਦਾ। ਰਜੇ ਬੇਟਾ ਮੈਂ ਤੈਨੂੰ ਕੁਛ ਨਹੀਂ ਕਹਿਣਾ, ਦਰਅਸਲ ਤੇਰੀ ਪਰਵਰਿਸ਼ ਨਸ਼ਤਰ ਕਲੋਨੀ ਦੇ ਵਿੱਚ ਹੋਈ ਹੈ, ਰੂਈ ਨਾਲੇ ਦੀ ਹਵਾਰ ਦੀ ਵਜ੍ਹਾ ਤੋਂ ਤੇਰਾ ਦਿਮਾਗ ਬੋ ਮਾਰ ਗਿਆ। ਸ਼ਾਬਾਸ਼ ਬੇਟਾ। ਬੇਟਾ ਤੂੰ ਨਮਾਜ਼ ਦਾ ਮਜ਼ਾਕ ਬਣਾ ਰਿਹਾ, ਉਹ ਟਾਈਮ ਦਾ ਇੰਤਜ਼ਾਰ ਕਰ ਜਦੋਂ ਦੁਨੀਆ ਤੇਰਾ ਮਜ਼ਾਕ ਬਣਾਏਗੀ। ਹੈਸ਼ਟੈਗ ਪੁੱਤਰ ਯੱਦੀ ਦਾ। ਵੀਡੀਓ ਕੋ ਲਾਈਕ ਕਰੇ, ਸ਼ੇਅਰ ਕਰੇ ਔਰ ਚੈਨਲ ਕੋ ਸਬਸਕ੍ਰਾਈਬ ਕੀਜੀਏ। ਮਿਲਤੇ ਹੈ ਅਗਲੀ ਵੀਡੀਓ ਮੇਂ, ਮੁਝੇ ਇਜਾਜ਼ਤ ਦੀਜੀਏ, ਸ਼ੁਕਰੀਆ।